हां जी ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਦੇ YouTube ਚੈਨਲ PVNatti Dairy Farm ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿੰਨੇ ਵੀਰ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਨੇ ਨਵੇਂ ਆਏ ਨੇ ਚੈਨਲ ਨੂੰ ਬੇਨਤੀ ਕਰਦੇ ਆਂ ਕਿ ਸਬਸਕ੍ਰਾਈਬ ਜਿਹੜਾ ਚੈਨਲ ਨੂੰ ਜ਼ਰੂਰ ਕਰਿਓ ਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆ ਚੁੱਕੇ ਆਂ ਜੀ ਨੀਲੀ ਰਾਵੀ ਦਾ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਸਾਨ ਜਾਂ ਝੋਟਾ ਕਹ ਲੋ ਬਈ ਉਹਦੇ ਉੱਪਰ ਤੇ ਸਭ ਤੋਂ ਪਹਿਲਾਂ ਇਹਦੇ ਬਾਪ ਦੇ ਬਾਰੇ ਬੱਚੇ ਦੀ ਗੱਲ ਕਰਦੇ ਆਂ ਬਸ ਨਾਂ ਨੂੰ ਪਾਈ ਜੇ ਇਹਦਾ ਕੋਈ ਨਹੀਂ ਰੱਖਿਆ ਹੋਇਆ ਹੈਗਾ ਸੇਲ ਦੇ ਲਈ ਵੀ ਜੇ ਕਿਸੇ ਵੀਰ ਨੇ ਲੈਣਾ ਹੋਵੇ ਜਿਹੜਾ ਜੱਗੇ ਜੱਗੇ ਬਾਈ ਕੋਲੇ ਰੋਡੇ ਲਾਈਨ ਵਾਲਾ ਬਾਦਸ਼ਾਹ ਬੁੱਲ ਸੀਗਾ ਹਨ ਉਹਦਾ ਪੋਤਾ ਹੈ ਬਾਦਸ਼ਾਹ ਦਾ ਪੋਤਾ ਆ ਗਾ ਇਹ ਤੇ ਡਾਇਰੈਕਟ ਕ੍ਰੋਸਿੰਗ ਦਾ ਹੀ ਇਹਦਾ ਬਾਪ ਸੀ ਤੇ ਗਾਂ ਇਹ ਵੀ ਡਾਇਰੈਕਟ ਕ੍ਰੋਸਿੰਗ ਦਾ ਹੀ ਆ ਤੇ ਮੱਝਾਂ ਕ੍ਰੋਸ ਕਰਦਾ ਵਾ ਮਾਂ ਦਾ ਦੁੱਧ ਯਾਨਕੀ ਹੈਗਾ 16-17 ਕਿਲੋ ਦਾ ਤੇ ਚੰਗਾ ਰਿਕਾਰਡ ਆ ਮਾਂ ਦਾ ਵੀ ਠੀਕ ਆ ਸੋਹਣਾ ਰਿਕਾਰਡ ਆ ਚੰਗਾ ਦੁੱਧ ਦਾ 16 17 ਕਿਲੋ ਤੇ ਦੂਜੇ ਸੂਏ ਦਾ ਇਹ ਜੀ 16 17 ਕਿਲੋ ਦੁੱਧ ਆ ਜਿਹੜਾ ਤੇ ਬਾਕੀ ਹੁਣ ਜਿਹੜੀ ਛੋਟੇ ਦੀ ਉਮਰ ਆ 3 ਸਾਲ 3 ਮਹੀਨੇ ਦੇ ਲਗਭਗ ਹੋ ਚੁੱਕੀ ਆ ਤੇ 42000 ਰੁਪਇਆ ਫਿਕਸ ਜਿਹੜਾ ਅਮਾਉਂਟ ਦਾ ਰੱਖੀ ਗਈ ਆ ਛੋਟੇ ਦੀ ਜਾਇਜ਼ ਜਾਂ ਰੇਟ ਆ 60 ਕਮਈਆਂ ਕਰਾਸ ਕਰ ਚੁੱਕਿਆ ਜੀ ਹਜੇ ਤੱਕ ਜੇ ਕਿਸੇ ਨੇ ਮੱਝ ਕਰਾਸ ਵੀ ਕਰਨੀ ਆ ਕਰਾਉਣੀ ਆ ਹਨਾ ਬਾਕੀ ਤੁਸੀਂ ਮਾਲਕਾਂ ਨਾਲ ਗੱਲ ਕਰ ਲਿਓ ਤੇ 400 ਕੁ ਨਹੀਂ 500 ਰੁਪਇਆ ਲਗਭਗ ਰੇਟ ਹੈ ਮੀਟਿੰਗ ਦਾ ਮੱਝ ਲਵਾਈ ਦਾ ਤੇ ਬਾਕੀ ਛੋਟਾ ਸੋਹਣਾ ਬੱਚੇ ਬਹੁਤ ਸੋਹਣੇ ਪਾਊਗਾ ਬਾਬਾ ਸਵੱਖ ਰੱਖੇਗਾ ਤੇ ਬਾਕੀ ਜੇ ਕਿਸੇ ਵੀਰ ਨੇ ਭਾਈ ਨੇ ਲੈਣਾ ਹੋਵੇ ਇਹ ਹਨਾ ਵਿਕਾਊ ਕੀਤਾ ਹੋਇਆ ਮਾਲਕਾਂ ਦੇ ਨੰਬਰ ਆ ਤੁਸੀਂ ਦੇਖ ਸਕਦੇ ਹੋ ਇਹ ਮਾਲਕਾਂ ਦੇ ਨੰਬਰ ਨੇ ਤੇ ਬਾਕੀ ਛੋਟਾ ਪੂਰੇ ਵਧੀਆ ਸਰੀਰ ਦਾ ਵਾ ਸੰਗ ਸੰਗ ਚੰਗੇ ਨੇ ਵਾਈਟਨੈਸ ਬਹੁਤ ਹੀ ਜ਼ਿਆਦਾ ਨਾਰਮਲ ਵਾਈਟਨੈਸ ਆ ਤੇ ਚੰਗੀ ਮਾਰਕਿੰਗ ਦੇ ਵਿੱਚ ਜਿਹੜਾ ਵਾ ਛੋਟਾ ਇਹ ਆਇਆ ਹੋਇਆ ਵਾ ਤੇ ਐ ਕਿੰਨਾਂ ਕੋਲੇ ਜਾਨਕੀ ਕਟਾ ਹੋਰ ਆ ਵੀ ਤਾਂ ਸੇਲ ਕਰਦੇ ਪਏ ਨੇ ਵੀ ਦੋ ਸਾਹਮਣੇ ਵਾਲੀ ਜਿਹੜੇ ਓਖੇ ਹੋ ਜਾਂਦੇ ਆ ਤੇ ਇਹਨੂੰ ਤਾਂ ਸੇਲ ਕਰਦੇ ਪਏ ਆ ਨੰਬਰ ਮਾਲਕਾਂ ਨੇ ਥੱਲੇ ਨੇ ਜੇ ਕਿਸੇ ਵੀਰ ਨੇ ਲੈਣਾ ਹੋਵੇ ਜੀ